ਦੀ ਗੱਲ ਇਹ ਸਾਰੀਆਂ ਕਿਉਂਕਿ ਇਹ ਵੀ ਆਪਣੇ ਘਰਾਂ ਵਿੱਚ ਬੀਤਦੀਆਂ ਨੇ, ਤਾਂ ਹੀ ਇੱਕ ਰਾਈਟਰ ਆਪਣੇ ਮਨ 'ਚ ਕਹਾਣੀ ਬਣਾ ਕੇ ਲਿਖਦਾ ਹੈ ਕਿਉਂਕਿ ਇਹ ਹੁੰਦੀਆਂ ਨੇ। ਪਰ ਲੋਕ ਤੱਤ ਕੇ ਇਹ ਕਿਸੇ ਕਿਸੇ ਨੂੰ ਪਚਦਾ ਤੇ ਕਾਇਆ ਉੱਥੇ ਜਾਂਦਾ ਜਿੱਥੇ ਕੋਈ ਸੁਣਨ ਵਾਲਾ ਹੋਵੇ। ਤੁਸੀਂ ਬਹੁਤ ਅੱਛੇ ਸਰੋਤੇ ਹੋ, ਪੜ੍ਹੇ ਲਿਖੇ ਹੋ, ਸੂਝਵਾਨ ਹੋ, ਸੋ ਉਮੀਦ ਹੈ ਸਾਨੂੰ ਕਿ ਤੁਹਾਨੂੰ ਇਹ ਗੀਤ ਬਹੁਤ ਪਸੰਦ ਆਊਗਾ। ਪਲੀਜ਼ ਧਿਆਨ ਨਾਲ ਗੀਤ ਸੁਣੋ। ਕਹਿੰਦੇ ਚੁਗਲੀ ਦੀ ਕਰਾਮਾਤ ਬੜੀ ਭੈੜੀ ਭਾਈਆਂ ਚ ਵਿਗਾੜ ਦਿੰਦੀ ਹੈ, ਨਜ਼ਰ ਇੱਕ ਲਹਿਰੀ ਕਿਤੇ ਲੱਗ ਜਾਵੇ ਪੱਥਰਾਂ ਨੂੰ ਪਾੜ ਦਿੰਦੀ ਹੈ। ਬਹੁਤਾ ਚਿਰ ਬਿਜਨਸ ਨਹੀਂ ਉਹ ਚੱਲਦਾ, ਬਹੁਤਾ ਚਿਰ ਬਿਜਨਸ ਨਹੀਂ ਉਹ ਚੱਲਦਾ, ਦੋ ਨੰਬਰ ਦੇ ਧੰਦੇ ਦਾ ਇੱਧਰ ਦੀ ਉੱਧਰ ਵਧਾ ਕੇ ਕਰਨੀ ਜੀ ਕੰਮ ਨੰਗ ਬੰਦੇ ਦਾ, ਇੱਧਰ ਦੀ ਉੱਧਰ ਵਧਾ ਕੇ ਕਰਨੀ ਜੀ ਕੰਮ ਨੰਗ ਬੰਦੇ ਦਾ। ਕਹਿੰਦੇ ਹੋਵੇ ਚੰਗੀ ਪੰਚਾਇਤ, ਹੋਵੇ ਚੰਗੀ ਪੰਚਾਇਤ, ਦੂਰ ਧੜੇ ਬਾਜੀ ਤੋਂ ਪਿੰਡ ਕਰਜੇ ਤਰੱਕੀਆਂ, ਦੋ ਚਾਰ ਹੁਣ ਵਿੱਚੋਂ ਲੱਤ ਖਿੱਚਣੇ ਹੁਣ ਨਾਲੀਆਂ ਨਾ ਪੱਟੀਆਂ, ਜਿਹਨੇ ਵੇਖੀ ਆ ਗਰੀਬੀ ਨੀ ਉਹ ਪੈਰ ਛੱਡਦਾ, ਪਤਾ ਚੰਗੇ ਮੰਦੇ ਦਾ ਇੱਧਰ ਦੀ ਉੱਧਰ ਵਧਾ ਕੇ ਕਰਨੀ ਜੀ ਕੰਮ ਨੰਗ ਬੰਦੇ ਦਾ। ਇਹ ਵੀ ਬੱਬੂ ਬਰਾੜ ਜੀ ਦੀਆਂ ਲਿਖੀਆਂ ਹੋਈਆਂ ਗੱਲਾਂ ਨੇ, ਬਹੁਤ ਅੱਛੀਆਂ ਗੱਲਾਂ ਨੇ। ਸੋ ਗੀਤ
ਕਰਕੇ ਸਮਝ ਲੈਣੀਆਂ ਨੇ। ਇਹ ਉਹੀ ਗੱਲ ਹੈ ਜੀ, ਹਰ ਇੱਕ ਪਿੰਡ ਦੇ ਵਿੱਚ ਕੋਈ ਇੱਕ ਨਾ ਇੱਕ ਅੱਧਾ ਬੰਦਾ ਏਦਾਂ ਦਾ ਹੁੰਦਾ ਹੈ ਜੋ ਗੱਲ ਲਿਖੀ ਹੈ ਤੇ ਜੋ ਮੈਂ ਕਹਿਣ ਲੱਗੀ ਹਾਂ। ਫੁਕਰੇ ਬੰਦੇ ਤੋਂ ਸਾਰੇ ਵੱਟ ਜਾਂਦੇ ਪਾਸਾ, ਐਵੇਂ ਵੜੀਆਂ ਜਿਹੜਾ ਕਰਦਾ, ਚਾਰ ਪੈਗ ਲਾ ਕੇ ਰੋਬ ਦੂਜਿਆਂ ਦੇ ਮਾਰੇ, ਆਪ ਹੁੰਦਾ ਘਰ ਵਾਲੀ ਕੋਲੋਂ ਟਰਦਾ, ਚਾਰ ਪੈਗ ਲਾ ਕੇ ਰੋਬ ਦੂਜਿਆਂ ਦੇ ਮਾਰੇ, ਆਪ ਹੁੰਦਾ ਘਰ ਵਾਲੀ ਕੋਲੋਂ ਟਰਦਾ। ਸਹਿਬਾ ਜਹੀ ਜੀ ਦੇ ਘਰੇ ਜੰਮ ਪੈਂਦੀ ਤੀ, ਉਹਦੇ ਬਾਪੂ ਦੀ ਨਾ ਪੱਗ ਮੇਰੇ ਲੋਕੀ ਵੱਜਦਾ ਹੋਊਗਾ ਸੱਚੀ ਗੀਤ